ਮਾਇਆ ਦੀ ਪਕੜ ਤੋਂ ਮਾਇਆ ਦੀ ਖਿੱਚ ਤੋਂ ਬਚਾ ਵੀ ਉਹੀ ਸਕਦਾ ਜਿਹੜਾ ਇਸ ਦੀ ਪਕੜ ਵਿੱਚ ਨਹੀਂ ਹੈ ਜਿਹੜਾ ਇਸ ਦੀ ਪਕੜ ਤੋਂ ਬਾਹਰ ਹੈ ਪਰੇ ਹੈ ਜਿਸ ਦੇ ਚਰਨਾਂ ਦੀ ਦਾਸੀ ਇਹ ਮਾਇਆ ਹੈ ਹੁਣ ਲੱਭਣਾ ਉਹਨੂੰ ਪੈਣਾ ਏ ਖੋਜਣਾ ਉਹਨੂੰ ਪੈਣਾ ਏ ਕਿਉਂਕਿ ਸਾਨੂੰ ਬਚਾ ਵੀ ਉਹੀ ਸਕਦਾ ਜਿਹੜਾ ਆਪ ਬਚਿਆ ਹੋਇਆ ਏ ਜਿਸ ਦੇ ਅੱਗੇ ਇਹ ਸਾਰੀ ਜਿਹੜੀ ਮਾਇਆ ਹੈ ਪਦਾਰਥ ਨੇ ਸੰਸਾਰ ਦੇ ਫਿੱਕੇ ਪੈ ਜਾਂਦੇ ਨੇ ਜਿਸ ਦੇ ਅੱਗੇ ਇਸ ਮਾਇਆ ਦਾ ਕੋਈ ਚਾਰਾ ਹੀ ਨਹੀਂ ਚੱਲਦਾ ਤੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸ ਤੋਂ ਜੇਕਰ ਬਚਣਾ ਹੈ ਤੇ ਤੈਨੂੰ ਸੱਚੇ ਦੇ ਆਸਰੇ ਵਿੱਚ ਆਉਣਾ ਪੈਣਾ ਜਿਹੜਾ ਆਪ ਇਸ ਸੰਸਾਰਕ ਪਦਾਰਥਵਾਦ ਦੀ ਮਾਇਆ ਤੋਂ ਪਰੇ ਹੈ ਜਿਸ ਦੇ ਉੱਤੇ ਕੋਈ ਪ੍ਰਭਾਵ ਨਹੀਂ ਹੈ ਹੁਣ ਉਸ ਦੀ ਸ਼ਰਨ ਵਿੱਚ ਆਵੇਂਗਾ ਤੇ ਬਚ ਜਾਵੇਂਗਾ ਨਹੀਂ ਤੇ ਇਹ ਪਦਾਰਥਵਾਦ ਮਾਇਆ ਦਾ ਸ਼ਾਲੀ ਹੈ ਜਿਹੜਾ ਮਨੁੱਖ ਨੂੰ ਹਰ ਥਾਂ ਦੇ ਉੱਤੇ ਸੁੱਟ ਦਿੰਦਾ ਹੈ ਚੁਕਾ ਦਿੰਦਾ ਹੈ ਰੋਲ ਕੇ ਰੱਖ ਦਿੰਦਾ ਏ ਹੁਣ ਸਤਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਛੜਾਏ ਲਿਓ ਮਹਾਬਲੀ ਤੇ ਕਹਿੰਦੇ ਮੈਨੂੰ ਬਚਾ ਲਿਆ ਏ ਭਾਈ ਜਿਹੜਾ ਮਨੁੱਖ ਸੱਚੇ ਸਤਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਗੁਰੂ ਉਸ ਉੱਤੇ ਕਿਰਪਾ ਕਰ ਦਿੰਦਾ ਉਸ ਮਹਾਬਲੀ ਵੱਡੀ ਤਾਕਤ ਜਿਹੜੀ ਮਾਇਆ ਹੈ ਉਹਦੇ ਤੋਂ ਬਚਾ ਲੈਂਦਾ ਹੈ ਹੁਣ ਇੱਥੇ ਹੈ ਵੀ ਇਸ ਮਾਇਆ ਦੀ ਕਾਲਖ ਤੋਂ ਜਿਹੜਾ ਨਰਲੇਪ ਹੈ ਉਹ ਹੈ ਨਿਰਮਲ ਤੇ ਨਿਰਮਲ ਕੌਣ ਹੈ ਗੁਰੂ ਗੁਰ ਪਰਮੇਸ਼ਰ ਇੱਕੋ ਜਾਣ ਗੁਰੂ ਤੇ ਪਰਮੇਸ਼ਰ ਇੱਕ ਹੈ ਇੱਕ ਸਮਾਨ ਨੇ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਆਪਾਂ ਪੜ੍ਹਦੇ ਆ ਕਿ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੰਤ ਦਾ ਦੂਜਾ ਪ੍ਰਾਇਵਾਚੀ ਸ਼ਬਦ ਹੈ ਗੁਰੂ ਜਿਸ ਨੂੰ ਸਾਧੂ ਗੁਰੂ ਵੀ ਕਿਹਾ ਜਾਂਦਾ ਹੈ ਜਿਸ ਨੂੰ ਸਤ ਗੁਰੂ ਵੀ ਕਿਹਾ ਜਾਂਦਾ ਸਤ ਸਦੀਵ ਹੋਂਦ ਵਾਲਾ ਜਿਹੜਾ ਸ਼ਰੀਰ ਦੇ ਇਸ ਪਿੰਜਰੇ ਤੋਂ ਬਾਹਰ ਹੁੰਦਾ ਜਿਸ ਨੂੰ ਸ਼ਰੀਰ ਦਾ ਮੋਹ ਨਹੀਂ ਹੁੰਦਾ ਹੁਣ ਜਿਸ ਨੂੰ ਸਰੀਰ ਦਾ ਮੋਹ ਹੈ ਉਸ ਨੂੰ ਮਾਇਆ ਦਾ ਵੀ ਮੋਹ ਹੈ ਜਿਹੜਾ ਆਪ ਹੀ ਸਰੀਰ ਦੇ ਇਸ ਹਾਰਡ ਮਾਸ ਨਾੜੀ ਕੋ ਪਿੰਜਰ ਇਹ ਤੋਂ ਬਾਹਰ ਹੈ ਨਾ ਪਿੰਜਰੇ ਤੋਂ ਨਰਲੇਪ ਤੇ ਉਹੀ ਹੈ ਨਾ ਨਿਰਮਲ ਵੀ ਉਹੀ ਹੈ ਜਿਹੜਾ ਰਹਿ ਤੇ ਇਸ ਦੇ ਵਿੱਚ ਹੀ ਰਹਾ ਪਰ ਜਿਹਦੀ ਸੁਰਤ ਉੱਚੀ ਹੋ ਚੁੱਕੀ ਹੈ ਮਤ ਉੱਚੀ ਹੋ ਚੁੱਕੀ ਹੈ ਹੁਣ ਜਿਹੜਾ ਆਪ ਉੱਚੀ ਸੁਰਤ ਵਾਲਾ ਏ ਜਿਹੜਾ ਆਪ ਸੱਤ ਸਰੂਪ ਵਾਲਾ ਏ ਜੋ ਆਪ ਪਰਮੇਸ਼ਰ ਦੇ ਵਿੱਚ ਇੱਕਮਿਕ ਹੋਇਆ ਹੈ ਤੂੰ ਤੂੰ ਕਰਤਾ ਤੂੰ ਹੂੰ ਆਬ ਮੁਜਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਜਿਹੜਾ ਤੂੰ ਤੂੰ ਗਾਉਣ ਵਾਲਾ ਏ ਜਿਸਨੇ ਆਪੇ ਖੁਦ ਅੰਦਰ ਦੀ ਪਛਾਣ ਕਰ ਲਈ ਹੈ ਉਹ ਸਰੀਰਕ ਮੋਹ ਤੋਂ ਉੱਪਰ ਹੈ ਤੇ ਇਸੇ ਕਰਕੇ ਸਰੀਰ ਨੂੰ ਬਾਹਰੀ ਤੌਰ ਤੇ ਕੋਈ ਮੋਹ ਨਹੀਂ ਦੇਖੋ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਬਾਹਰੀ ਮੋਹ ਨਹੀਂ ਕੋਈ ਹੈ ਹੁਣ ਬਾਹਰੀ ਪਦਾਰਥ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਮਾਇਆ ਏ ਪਦਾਰਥਵਾਦ ਹੈ ਹੁਣ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਪਨ ਦੇ ਵਿੱਚ 3 1/2 ਸਾਲ ਦੀ ਉਮਰ ਦੇ ਵਿੱਚ ਇੱਕ ਕੌਤਕ ਖੇੜਿਆ ਈ ਦੁਨੀਆ ਨੂੰ ਸਿੱਖਿਆ ਦੇਣ ਦੇ ਲਈ ਛੋਟੀ ਉਮਰ ਦੇ ਵਿੱਚ ਜਦੋਂ ਨਾਮ ਬਾਲਕ ਗੋਵਿੰਦ ਰਾਏ ਹੈ ਇੱਕ ਕੌਤਕ ਹੈ ਤੇ ਉਹ ਇਹ ਹੈ ਕਿ ਬੱਚਿਆਂ ਦੇ ਨਾਲ ਖੇਡਦੇ ਪਏ ਨੇ ਤੇ ਭੱਜੇ ਆਏ ਬੱਚੇ ਨੇ ਆ ਮਾਤਾ ਗੁਜਰਕੌਰ ਦੇ ਕੰਨ ਆਵਾਜ਼ ਪਾਈ ਕਿ ਤੇਰੇ ਲਾਲ ਨੇ ਨਦੀ ਦੇ ਵਿੱਚ ਕੰਗਣ ਸੁੱਟ ਦਿੱਤਾ ਹੁਣ ਮਾਤਾ ਤੇ ਨਾਲ ਮਾਮਾ ਕਿਰਪਾਲ ਚੰਦ ਹੈ ਭਾਈ ਰਣੀਆਂ ਏ ਬੀਬੀ ਅਮਰੋ ਏ ਉਸੇ ਸੰਗਤ ਦੇ ਵਿੱਚ ਬਾਬਾ ਸੰਗਤਾ ਵੀ ਹੈ ਜਿਹੜੇ ਬਾਅਦ ਵਿੱਚ ਸੰਗਤ ਸਿੰਘ ਬਣਦੇ ਹੈ ਹੋਰ ਵੀ ਜਿਹੜੇ ਪਿਆਰੇ ਨੇ ਉਹ ਵੀ ਨਾਲ ਹੀ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਜਿਹੜਾ ਜਥਾ ਸਿੱਖਾਂ ਦਾ ਗਿਆ ਏ ਅੱਧਾ ਪਟਨੇ ਰੁਕਿਆ ਤੇ ਕੁਝ ਸਿੱਖ ਨਾਲ ਨੇ ਜਿਹੜੇ ਅਸਾਮ ਦੇ ਵਿੱਚ ਰਾਜਿਆਂ ਦੀ ਸੰਧੀ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਸ਼ਾਮਲ ਹੋਏ ਨੇ ਹੁਣ ਇੱਥੇ ਆ ਕੇ ਪੁੱਛਦੇ ਨੇ ਵੀ ਲਾਲ ਜੀ ਦੱਸੋ ਕੰਗਣ ਕਿੱਥੇ ਛੁੱਟਿਆ ਹੀਰਿਆਂ ਜੜਿਆ ਕੰਗਣ ਹੈ ਬਹੁਤ ਜ਼ਿਆਦੇ ਦੁਨਿਆਵੀ ਤੌਰ ਦੇ ਉੱਤੇ ਜਿਸ ਦੀ ਕੀਮਤ ਆਮ ਕੋਈ ਦੇ ਨਹੀਂ ਸਕਦਾ ਸੌਖਾ ਜਾ ਇਹ ਸਮਝ ਲਈਏ ਵੀ ਦੁਨਿਆਵੀ ਤੌਰ ਤੇ ਉਹਦੀ ਹਰ ਕੋਈ ਕੀਮਤ ਨਹੀਂ ਦੇ ਸਕਦਾ ਕੋਈ ਵਿਰਲਾ-ਵਿਰਲਾ ਕੋਈ ਰਾਜਾ ਰਾਣਾ ਜਿਹੜਾ ਉਹਦੀ ਕੀਮਤ ਦੇ ਸਕਦਾ ਤੇ ਹੁਣ ਹੱਥ ਦੇ ਵਿੱਚ ਪਾਇਆ ਦੂਜਾ ਕੰਗਣ ਵੀ ਲਾ ਲਿਆ ਉੱਥੇ ਹੋਰ ਵੀ ਤਾਂ ਬਹੁਤ ਚੀਜ਼ਾਂ ਸੀ ਨਾ ਕੋਈ ਪੱਥਰ ਪਿਆ ਹੋਣਾ ਕੋਈ ਰੋੜਾ ਪਿਆ ਹੋਣਾ ਕੋਈ ਹੋਰ ਡੰਡਾ ਕੋਈ ਡੱਕਾ ਕੋਈ ਕੁਝ ਹੋਰ ਪਿਆ ਹੋਣਾ ਉਹ ਛੁੱਟ ਸਕਦੇ ਸੀ ਹੁਣ ਦੂਜਾ ਕੰਗੜੇ ਵੀ ਉਤਾਰਿਆ ਤੇ ਉਹ ਵੀ ਭਗਾ ਮਾਰਿਆ ਇੱਥੇ ਛੁੱਟਿਆ ਮਾਂ ਤੇ ਹੁਣ ਹੱਥ ਦੋਨੇ ਖਾਲੀ ਤੇ ਦੇਖੋ ਨਾ ਜਦੋਂ ਅੰਦਰ ਧੁਰ ਆਪਾ ਸੱਚੀ ਸਿੱਖਿਆ ਦੇ ਨਾਲ ਜੁੜਿਆ ਹੋਇਆ ਏ ਮਾਇਆ ਦੇ ਪ੍ਰਭਾਵ ਤੋਂ ਜਿਹੜਾ ਕੋਹਾਂ ਦੂਰ ਹੈ ਬਚਪਨ ਦੇ ਵਿੱਚ ਹੀ ਤੇ ਜਦੋਂ ਕਦੇ ਸਮਾਂ ਬਣਿਆ ਆਪਣੇ ਹੱਥੀਂ ਤਿਆਰ ਕੀਤਾ ਹੋਇਆ ਆਨੰਦਪੁਰ ਦਾ ਕਿਲਾ ਜੇਕਰ ਉਹ ਛੱਡਣਾ ਪਿਆ ਤੇ ਰਤੀ ਭਰ ਵੀ ਮਨ ਦੇ ਵਿੱਚ ਉਹਦਾ ਝੋਰਾ ਨਹੀਂ ਹੈ ਖਿਆਲ ਨਹੀਂ ਆਨੰਦਪੁਰ ਦਾ ਹੁਣ ਕਿਲੇ ਆਨੰਦਪੁਰ ਦੇ ਵਿੱਚ ਮਖਮਲੀ ਸੇਜਾਂ ਉੱਤੇ ਸੌਣ ਵਾਲਾ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਰਾਤਾਂ কাটਦਾ ਏ ਤੇ ਪੁੰਜੇ ਵੀ ਆਸਣ ਲੱਗਦੇ ਨੇ 마שי ਬਾੜੇ ਦੇ ਜੰਗਲਾਂ ਦੇ ਵਿੱਚ ਕੰਡਿਆਂ ਉੱਤੇ ਵੀ ਸੌਣਾ ਪੈਂਦਾ ਆ ਤੇ ਉੱਥੋਂ ਚੱਲਦੇ ਹੋਏ ਦੁਬਾਰਾ ਫੇਰ ਹੌਲੀ ਹੌਲੀ ਸਿੰਘਾਂ ਦੇ ਨਾਲ ਜੁੜਦੇ ਨੇ ਮਿਲਦੇ ਨੇ ਸਿੰਘਾਂ ਆਸੇ ਪਾਸੇੋਂ ਖਬਰਾਂ ਮਿਲਦੀਆਂ ਪਹੁੰਚਦੀਆਂ 71 ਹੁੰਦੇ ਫਿਰ ਇਕੱਠੇ ਹੁੰਦੇ ਨੇ ਪਰ ਫਿਰ ਵੀ ਸਕੂਨ ਉਹੀ ਹੈ ਅੰਦਰ ਜੀਵਨ ਦੇ ਵਿੱਚ ਜਿਹੜਾ ਮਾਂ ਗੁਜਰ ਕੌਰ ਦੀ ਕੁੱਖ ਤੋਂ ਭਗਤੀ ਤੋਂ ਬੰਦਗੀ ਤੋਂ ਮਿਲਿਆ ਹੈ ਨਾ ਉਹਨੂੰ ਕੋਈ ਨਹੀਂ ਮਿਟਾ ਸਕਦਾ ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਇੱਥੇ ਵੀ ਇਹੀ ਬਖਸ਼ਿਸ਼ ਕਰਦੇ ਨੇ ਕਹਿੰਦੇ ਗੁਰੂ ਨੇ ਕਿਰਪਾ ਕਰ ਲਈ ਹੈ ਗੁਰੂ ਨੇ ਕਿਰਪਾ ਕਰ ਦਿੱਤੀ ਹੈ ਬਖਸ਼ਿਸ਼ ਕੀਤੀ ਹੈ ਮਿਹਰ ਕੀਤੀ ਹੈ ਛਡਾਏ ਲਿਓ ਮਹਾ ਬਲੀਤੇ ਆਪਣੇ ਚਰਨ ਪ੍ਰਾਤ ਪ੍ਰਾਤ ਦਾ ਅਰਥ ਹੈ ਪ੍ਰੋਕੇ ਤਤੈ ਨੂੰ ਸਿਹਾਰੀ ਕੇ ਦੇ ਅਰਥ ਨੇ ਪ੍ਰੋਕੇ ਕਹਿੰਦੇ ਆਪਣੇ ਚਰਨਾਂ ਦੇ ਨਾਲ ਲਾ ਕੇ ਪਰਮੇਸ਼ਰ ਨੇ ਨਾਮ ਦੀ ਦਾਤ ਦੇ ਨਾਲ ਜੋੜ ਕੇ ਵੱਡੀ ਤਾਕਤ ਵਾਲੀ ਜਿਹੜੀ ਮਾਇਆ ਹੈ ਪਦਾਰਥ ਦੀ ਖਿੱਚ ਹੈ ਜਿਹੜੀ ਉਹਦੇ ਤੋਂ ਮੈਨੂੰ ਬਚਾ ਲਿਆ ਹੈ ਫਿਰ ਕੀ ਕੀਤਾ ਹੈ ਮਾਇਆ ਤੋਂ ਬਚਾ ਕੇ ਹੁਣ ਜਿੱਥੇ ਮਨ ਜੁੜੇ ਦੂਜੀ ਚੀਜ਼ ਵੀ ਤਾਂ ਚਾਹੀਦੀ ਹੈ ਨਾ ਜੇਕਰ ਬੱਚੇ ਤੋਂ ਇੱਕ ਚੀਜ਼ ਖੋਣੀ ਹੈ ਤੇ ਉਹਨੂੰ ਦੂਜੀ ਦੇਣੀ ਪੈਣੀ ਹੈ ਫੇਰ ਹੀ ਉਹਦਾ ਧਿਆਨ ਬਦਲੇਗਾ ਪਤਾ ਹੈ ਵੀ ਇਹ ਨੁਕਸਾਨ ਕਰੇਗੀ ਨਾ ਇਹਨੂੰ ਹੁਣ ਇਹ ਬੱਚੇ ਨੇ ਚੁੱਕ ਤਾਂ ਲਈ ਦੇਖਣ ਨੂੰ ਬੜੀ ਸੋਹਣੀ ਹੈ ਪਰ ਹੁਣ ਮਾਂ ਬਾਪ ਨੂੰ ਪਤਾ ਵੀ ਇਹ ਗਲਤ ਹੈ ਬੱਚੇ ਲਈ ਇਹ ਸਹੀ ਨਹੀਂ ਹੈ ਹੁਣ ਉਹਦੇ ਤੋਂ ਜੇਕਰ ਉਹ ਚੀਜ਼ ਵਾਪਸ ਲੈਣੀ ਹੈ ਨਾ ਉਹਨੂੰ ਦੂਜੀ ਚੀਜ਼ ਦੇਣੀ ਪੈਣੀ ਹੈ ਤੇ ਹੁਣ ਉਹ ਵਾਪਸ ਲਈ ਐ ਤੇ ਦੂਜੀ ਦਿੱਤੀ ਐ ਹੁਣ ਗੁਰੂ ਵੀ ਇਹੀ ਕਰਦਾ ਪਾਸ਼ਾ ਕਿਉਂਕਿ ਗੁਰੂ ਮਾਂ ਵੀ ਐ ਨਾ ਗੁਰੂ ਬਾਪ ਵੀ ਐ ਪਿਓ ਵੀ ਐ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਸਾਰੇ ਸੰਬੰਧੀ ਗੁਰੂ ਨਾਲ ਨੇ ਸਾਡੇ ਤੇ ਹੁਣ ਗੁਰੂ ਨੇ ਜਦੋਂ ਮਾਇਆ ਵਾਲਾ ਅੰਦਰੋਂ ਮੋਸ਼ ਕੱਢਣਾ ਐ ਨਾ ਤੇ ਨਾਮ ਵਾਲਾ ਲਾਉਣਾ ਹੈ ਨਾਮ ਵਾਲੇ মোহ ਦੇ ਨਾਲ ਹੀ ਮਾਇਆ ਵਾਲਾ মোহ ਟੁੱਟਣਾ ਹੈ ਇਹ ਇੱਕ ਨਾਮ ਦਿਓ ਮਨ ਮੰਤਾ ਹੁਣ ਗੁਰੂ ਨੇ ਸ੍ਰੇਸ਼ਟ ਮੰਤਰ ਦੇ ਦਿੱਤਾ ਉਪਦੇਸ਼ ਦੇ ਦਿੱਤਾ ਮੰਤਰ ਦਾ ਅਰਥ ਹੈ ਉਪਦੇਸ਼ ਮੰਤਰ ਜਿਸ ਦੇ ਨਾਲ ਜੀਵਨ ਦੇ ਵਿੱਚ ਬਦਲਾ ਆ ਜਾਂਦਾ ਹੈ ਜਿਸ ਦੇ ਨਾਲ ਜੀਵਨ ਦੇ ਵਿੱਚ ਆਈਆਂ ਗਰਾਵਟਾਂ ਤੋਂ ਮਨੁੱਖ ਬਚ ਜਾਂਦਾ ਏ। ਸ਼੍ਰੇਸ਼ਟ ਮੰਤਰ। ਕਹਿੰਦੇ ਏਕ ਨਾਮ ਦਿਓ ਮਨ ਮੰਤਾ। ਬਿਨਸਨਾ ਕਤ ਹੂੰ ਜਾਤ। ਜਿਹੜਾ ਕਦੇ ਵੀ ਨਾਸ਼ ਨਹੀਂ ਹੁੰਦਾ। ਗਵਾਚਦਾ ਨਹੀਂ ਏ, ਘਟਦਾ ਨਹੀਂ ਏ। ਹੁਣ ਦੁਨਿਆਵੀ ਧਨ ਪਦਾਰਥ ਹੈ ਉਹ ਕਟਣਗੇ ਵੀ। ਉਹ ਨਾਸ਼ਵੰਤ ਵੀ ਨੇ ਉਹ ਮਿਟਣਗੇ ਵੀ ਉਹ ਗੁੰਮ ਹੋਣ ਵਾਲੇ ਵੀ ਨੇ ਉਹਨੂੰ ਕੋਈ ਚੁਰਾ ਵੀ ਸਕਦਾ ਕੋਈ ਲੁੱਟ ਵੀ ਸਕਦਾ ਪਰ ਜਿਹੜਾ ਸੱਚਾ ਨਾਮ ਹੈ ਇਹਨੂੰ ਕੋਈ ਚੁਰਾ ਨਹੀਂ ਸਕਦਾ ਇਹ ਕਿਤੇ ਗਵਾਚਦਾ ਨਹੀਂ ਹੈ ਜੇਕਰ ਇਹਨੂੰ ਕੋਈ ਲੁੱਟਣ ਵਾਲਾ ਆਵੇ ਤੇ ਉਹ ਵੀ ਇੱਥੋਂ ਤੱਕ ਕਹਿ ਦਿੱਤੀ ਬਾਤ ਬਾਣੀ ਦੇ ਅੰਦਰ ਕਹਿੰਦੇ ਲੁੱਟਣਾ ਹੈ ਤੇ ਲੁੱਟ ਲੈ RAM ਨਾਮ ਹੈ ਲੁੱਟ ਕਹਿੰਦੇ ਆ ਲੁੱਟ ਮਚਾ ਇੱਥੇ ਲੁੱਟ ਮੱਚੀ ਪਈਏ ਜਪ ਲੈ ਜਿੰਨਾ ਜਪਣਾ ਹੁਣ ਚੇਤਾ ਰੱਖਿਓ ਜਿੰਨਾ ਚਿਰ ਇਬਾਦਤ ਸਹੀ ਨਹੀਂ ਹੈ ਇਬਾਦਤ ਨਹੀਂ ਹੈ ਉਹਨਾਂ ਚਿਰ ਸ਼ਹਾਦਤ ਵੀ ਨਹੀਂ ਹੈ ਇਬਾਦਤ ਇਬਾਦਤ ਦੇ ਨਾਲ ਹੀ ਸ਼ਹਾਦਤ ਹੈ ਸ਼ਹਾਦਤ ਦੇ ਲਈ ਇਬਾਦਤ ਬਹੁਤ ਵੱਡੀ ਚਾਹੀਦੀ ਹੈ ਹੁਣ ਜਿਹੜਾ ਆਪਣੇ ਪਰਿਵਾਰ ਨੂੰ ਵਾਰਨਾ ਆਪਣੇ ਪੁੱਤਰਾਂ ਨੂੰ ਵਾਰਨਾ ਇਹ ਮਾਂ ਗੁਜਰਕੌਰ ਜੀ ਦੀ ਇਬਾਦਤ ਦੇ ਵਿੱਚੋਂ ਪੈਦਾ ਹੋਈ ਹੈ ਦਾਤ ਟਿਕਲੀ ਇੱਥੇ ਹੀ ਬਸ ਨਹੀਂ ਧੰਨ ਗੁਰੂ ਅਰਜਨ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਹੈ ਨਾ ਜਿਹੜੀ ਉਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਇਬਾਦਤ ਬਣਦੀ ਹੈ ਤੇ ਉਸੇ ਹੀ ਇਬਾਦਤ ਦੇ ਵਿੱਚੋਂ ਫੇਰ ਸ਼ਹਾਦਤ ਪੈਦਾ ਹੁੰਦੀ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਹੁਣ ਉਸ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦੇ ਵਿੱਚੋਂ ਫੇਰ ਇਬਾਦਤ ਹੈ ਧੰਨ ਗੁਰੂ ਦਸ਼ਮੇਸ਼ ਪਿਤਾ ਕਲੰਗੀਧਰ ਸਾਹਿਬ ਮਹਾਰਾਜ ਸੈਨशाह ਤੇ ਹੁਣ ਇਸ ਇਬਾਦਤ ਦੇ ਵਿੱਚੋਂ ਫੇਰ ਸ਼ਹਾਦਤਾਂ ਨੇ ਇਬਾਦਤ ਤੋਂ ਬਿਨਾ ਸ਼ਹਾਦਤ ਨਹੀਂ ਹੈ ਹੁਣ ਸ਼ਹਾਦਤ ਹੈ ਜਿਹੜੀ ਇਹ ਵੀ ਦੋ ਤਰ੍ਹਾਂ ਦੀ ਹੈ ਇੱਕ ਖੜਨ ਵਾਲੀ ਹੈ ਇੱਕ ਲੜਨ ਵਾਲੀ ਹੈ ਤੇ ਜਿਹੜੀ ਲੜ ਕੇ ਸ਼ਹਾਦਤ ਹੈ ਉੱਚਮਕੌਰ ਕਿਸੇ ਤੋਂ ਭੁੱਲਿਆ ਨਹੀਂ ਤੇ ਜਿਹੜੀ ਖੜ ਕੇ ਸ਼ਹਾਦਤ ਹੈ ਉਸ ਰਹੰਦ ਵੀ ਕਿਸੇ ਤੋਂ ਭੁੱਲੀ ਨਹੀਂ ਕਿਉਂਕਿ ਉਹ ਵੀ ਸ਼ਹਾਦਤ ਹੈ ਤੇ ਉਹ ਵੀ ਸ਼ਹਾਦਤ ਹੈ ਹੁਣ ਇੱਕ ਤੇ ਜੰਗ ਦੇ ਮੈਦਾਨ ਦੇ ਵਿੱਚ ਖੰਡੇ ਖੜਕ ਰਹੇ ਨੇ ਤਲਵਾਰਾਂ ਚੱਲ ਰਹੀਆਂ ਤੀਰ ਚੱਲ ਰਹੇ ਨੇ ਗੋਲੀਆਂ ਬਰੂਦ ਚੱਲ ਰਿਹਾ ਏ ਹੁਣ ਉਥੇ ਵੀ ਜਿਹੜਾ ਜਾਣਾ ਮੱਚ ਦੇ ਰਣ ਦੇ ਅੰਦਰ ਛਾਤੀ ਢਾਕੇ ਲੜਦਾ ਹੈ ਨਾ ਜਿਸ ਨੂੰ ਕਿਹਾ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਖੇਤ ਦਾ ਅਰਥ ਹੈ ਰਣ ਜੰਗ ਦਾ ਮੈਦਾਨ ਤੇ ਉਥੇ ਕੀ ਆਬ ਜੂਜਣ ਕੋ ਦਾ ਅਗੇ ਨਾਲ ਹੀ ਬਚਨ ਕਰ ਦਿੱਤਾ ਕਹਿੰਦੇ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕਾ ਹੇਤ ਤੇ ਉਹ ਕਟਿਆ ਜਾ ਸਕਦਾ ਵੱਡਿਆ ਜਾ ਸਕਦਾ ਟੋਟੇ ਟੋਟੇ ਹੋ ਸਕਦਾ ਪਰ ਕਬਹੂ ਨਾ ਛੱਡਾ ਖੇਤ ਉਹ ਛੱਡ ਕੇ ਨਹੀਂ ਭਜਦਾ ਮੈਦਾਨ ਹੁਣ ਬਾਬਾ ਕਬੀਰ ਸਾਹਿਬ ਨੇ ਤੇ ਕੋਈ ਤਲਵਾਰ ਨਹੀਂ ਚੁੱਕੀ ਕੋਈ ਜੰਗ ਨਹੀਂ ਕੀਤੀ ਪਰ ਉਹਨਾਂ ਨੇ ਜ਼ਿੰਦਗੀ ਦੀ ਜੰਗ ਨੂੰ ਵੀ ਇਸੇ ਅਦਾ ਦੇ ਉੱਤੇ ਲਾਇਆ ਉਹ ਤੇ ਇੱਥੋਂ ਤੱਕ ਇਹਨਾਂ ਕਹਿੰਦੇ ਮਰਨੇ ਤੇ ਕੀ ਡਰਪਣਾ ਜਦ ਹੱਥ ਸੰਧौरा ਲੀਨ ਉਹ ਤੇ ਇੱਥੋਂ ਤੱਕ ਕਹਿੰਦੇ ਨੇ ਨਾ ਵੀ ਵੀ ਮਰਨਾ ਵੀ ਤੇ ਚਾਹ ਚੜਨਾ ਚਾਹੀਦਾ ਨਾ ਮਰਨ ਦੇ ਲਈ ਵੀ ਮਰਨ ਤੋਂ ਡਰਨਾ ਨਹੀਂ ਕਹਿੰਦੇ ਉਹ ਤੇ ਪਤਾ ਹੀ ਹੈ ਨਾ ਮੌਤ ਇੱਕ ਦਿਨ ਹੈ ਹੀ ਹੈ ਉਹ ਘਰੇ ਬੈਠੇ ਨੂੰ ਵੀ ਆ ਜਾਣੀ ਓ ਜੰਗ ਦੇ ਮੈਦਾਨ ਵਿੱਚ ਵੀ ਆ ਜਾਣੀ ਓ ਤੇ ਕਿਤੇ ਵੀ ਆ ਜਾਣੀ ਏ ਉਹ ਤੋਂ ਡਰ ਕੇ ਕੀ ਕਰਨਾ ਫਿਰ ਡੱਡਰ ਕੇ ਕਿੰਨਾ ਕੁ ਚਿਰ ਡਰੀ ਜਾਵਾਂਗੇ ਓ ਤੇ ਘਰੇ ਬੈਠਿਆਂ ਵੀ ਆਉਣੀ ਆਉਣੀ ਏ ਤੇ ਫਿਰ ਕਿਉਂ ਨਾ ਕੁਝ ਕਰਕੇ ਜਾਈਏ ਮਰਨਾ ਤੇ ਹੈ ਹੀ ਐ ਇਹਦੇ ਵਿੱਚ ਤੇ ਕੋਈ ਦੂਰਾ ਰਹਾ ਨਹੀਂ ਓ ਤੇ ਸਰੀਰ ਸਬਣਾ ਨਹੀਂ ਛੱਡਿਆ ਸਬਣਾ ਨਹੀਂ ਤਿਆਗਿਆ ਏ ਕੋ ਸਰੀਰ ਕਰਕੇ ਅੱਜ ਤੱਕ ਤੇ ਫਿਰਦਾ ਨਹੀਂ ਹੈ ਪਰ ਉਹ ਜਿੰਨਾ ਚਿਰ ਸੱਚਾ ਨਾਮ ਝੋਲੀ ਵਿੱਚ ਨਹੀਂ ਹੈ ਨਾ ਉਹਨਾਂ ਚਿਰ ਉਹ ਮੌਤ ਦਾ ਜਿਹੜਾ ਡਰ ਹੈ ਅੰਦਰ ਉਹ ਨਿਕਲਦਾ ਨਹੀਂ ਹੈ ਸੱਚੇ ਨਾਮ ਦੀ ਬਰਕਤ ਨਾਲ ਹੀ ਅੰਦਰੋਂ ਜਿਹੜਾ ਡਰ ਹੈ ਉਹ ਨਿਕਲਦਾ ਹੈ ਏਕ ਨਾਮ ਦਿਓ ਮਨ ਮੰਤਾ ਬਿਨ ਸੁਨਾ ਕਤ ਹੂੰ ਜਾਤ ਜਿਹੜਾ ਕਦੇ ਵੀ ਬਿਨ ਸਦਾ ਨਹੀਂ ਹੈ ਗਵਾਚਦਾ ਨਹੀਂ ਹੈ ਕਿਤੇ ਵੀ ਜਾਂਦਾ ਨਹੀਂ ਹੈ ਉਹ ਸੱਚਾ ਨਾਮ ਹੁਣ ਸ਼ਹਿਜ਼ਾਦਾ ਮੁਅੱਜ਼ਮ ਦੇ ਜਿਹੜਾ تعلیم ਦੇਣ ਵਾਲੇ ਨੇ ਨਾ ਅਰਬੀ ਫਾਰਸੀ ਦੀ ਉਹਨਾਂ ਦਾ ਨਾਮ ਹੈ ਨੰਦ ਲਾਲ شاہی ਦਰਬਾਰ ਦੇ ਵਿੱਚ ਨੇ ਦਿੱਲੀ ਦੇ ਵਿੱਚ ਔਰੰਗਜ਼ੇਬ ਦੇ ਦਰਬਾਰਾਂ ਦੇ ਵਿੱਚ ਉਹ ਮੀਰ ਮੁਨਸ਼ੀ ਨੇ ਮੁਨਸ਼ੀ ਹੁੰਦੇ ਨੇ ਜਿਹੜੇ ਰੱਖੇ ਹਿਸਾਬ ਕਿਤਾਬ ਵਾਲੇ ਉਹਨਾਂ ਦੇ ਵਿੱਚ ਇੱਕ ਅਹੁਦਾ ਉਹਨਾਂ ਦਾ ਰਤਬਾ ਏ ਪੜ੍ਹੇ ਲਿਖੇ ਨੇ ਬਹੁਤ ਜ਼ਿਆਦਾ ਤੇ ਹੁਣ ਜਿੱਥੇ ਨਾਲ-ਨਾਲ ਉਹ ਹਿਸਾਬ ਕਿਤਾਬ ਵੀ ਰੱਖਦੇ ਆ ਤੇ ਉਥੇ تعلیم ਵੀ ਦਿੰਦੇ ਨੇ ਸਿੱਖਿਆ ਵੀ ਦਿੰਦੇ ਨੇ ਪੜ੍ਹਾਈ ਵੀ ਕਰਵਾਉਂਦੇ ਨੇ ਪੜਨਾ ਲਿਖਣਾ ਵੀ ਸਿਖਾਉਂਦੇ ਨੇ ਸ਼ਹਿਜ਼ਾਦਾ ਮੁਅਜ਼ਮ ਨੂੰ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਇੱਕ ਚਿੱਠੀ ਪਹੁੰਚਦੀ ਹੈ ਜਿਸ ਦੇ ਵਿੱਚ ਇੱਕ ਕੁਰਾਨ ਦੀ ਆਇਤ ਲਿਖੀ ਹੋਈ ਹੈ ਤੇ ਬਾਕੀ ਸਾਰੇ ਉਹਦੇ ਜਿੰਨੇ ਵੀ ਪੜ੍ਹੇ ਲਿਖੇ ਮੁੱਲਾ ਕਾਜੀ ਨੇ ਉਹ ਆਪਣਾ ਵਾਹ ਲਾ ਲੈਂਦੇ ਨੇ ਪਰ ਅਰਥ ਕੀਤੇ ਜਿਹੜੇ ਔਰੰਗਜ਼ੇਬ ਦੇ ਮਨ ਨੂੰ ਕੋਈ ਬਹੁਤੀ ਚੰਗੇ ਜੇ ਨਾ ਲੱਗੇ ਹੋਰ ਵੀ ਵਿਦਵਾਨ ਉਹਦੇ ਰਾਜ ਦੇ ਵਿੱਚ ਨੇ ਜਿਹੜੇ ਉਹਨਾਂ ਤੋਂ ਵੀ ਕਰਵਾਏ ਨੇ ਤੇ ਉਥੇ ਅਗਲੀ ਗੱਲ ਚੱਲਦੀ ਹੈ ਕਹਿੰਦੇ ਨੰਦ ਲਾਲ ਵੀ ਕਾਫੀ ਫਾਰਸੀ ਤੇ ਉਰਦੂ ਦਾ ਜਾਣਕਾਰ ਹੈ ਕਿਉਂ ਨਾ ਇਹਦੇ ਤੋਂ ਕਰਵਾਏ ਜਾਣ ਦਰਬਾਰ ਦੇ ਵਿੱਚ ਭੇਜਿਆ ਗਿਆ ਅਗਲੇ ਦਿਨ ਆਇਆ ਏ ਤੇ ਉਸ ਆਇਤ ਦੇ ਅਰਥ ਕੀਤੇ ਨੇ ਔਰੰਗਜ਼ੇਬ ਆਪਣੇ ਤਖਤ ਤੋਂ ਉੱਠ ਖੜਾ ਹੋਇਆ ਕਮਾਲ ਏ ਕਹਿੰਦਾ ਸੁਭਾਨ ਅੱਲਾ ਸੁਭਾਨ ਅੱਲਾ ਦਾ ਅਰਥ ਹੈ ਵੀ ਬਹੁਤ ਜ਼ਿਆਦਾ ਵਧੀਆ ਬਹੁਤ ਸੁੰਦਰ ਜਿਸ ਨੂੰ ਸੰਸਕ੍ਰਿਤ ਦੇ ਵਿੱਚ ਸੁਭਮ ਸੁੰਦਰਮ ਕਿਹਾ ਜਾਂਦਾ ਹੈ ਸੁਭਾਨ ਅੱਲਾ ਅਤ ਸੋਹਣਾ ਤੇ ਉਹ ਅਰਥ ਕੀਤੇ ਨੇ ਅਰਥਾਂ ਤੇ ਇੰਨੀ ਤਸੱਲੀ ਹੋਈ ਹੈ ਉਹ ਅਰਥ ਕਰਕੇ ਆਪਣੇ ਕੰਮ ਵਿੱਚ ਚਲੇਗੇ ਦੁਆਰਾ ਉਹ ਕਹਿੰਦੇ ਇਹ ਕੌਣ ਹੈ ਜਿਨੇ ਅਰਥ ਕੀਤੇ ਆ ਕਹਿੰਦੇ ਜੀ ਇੱਕ ਹਿੰਦੂ ਹੈ ਇਹਦਾ ਨਾਮ ਹੈ ਨੰਦ ਲਾਲ ਕਹਿੰਦੇ ਅਰਥੀ ਇਹਨੇ ਇੰਨੇ ਵਧੀਆ ਕੀਤੇ ਕਹਿੰਦੇ ਫਿਰ ਕਮਾਲ ਦੀ ਗੱਲ ਹੈ ਵੀ ਇੰਨੀ ਫਾਰਸੀ ਤੇ ਉਰਦੂ ਦੀ ਸਮਝ ਰੱਖਣ ਵਾਲਾ ਪਾ ਕੇ ਕੁਰਾਨ ਆਇਤ ਦੇ ਅਰਥ ਕਰਨ ਵਾਲਾ ਹਲੇ ਤੱਕ ਇਸਲਾਮ ਦੇ ਵਿੱਚ ਕਿਉਂ ਨਹੀਂ ਆਇਆ ਹੁਣ ਅਗਲਾ ਜਿਹੜਾ ਹੈ ਨਾ ਉਹ ਹੈ ਕੱਟੜ ਦਾ ਉਹ ਕਹਿੰਦਾ ਵੀ ਜਾਂ ਤੇ ਇਹਨੂੰ ਇਸਲਾਮ ਦੇ ਵਿੱਚ ਲੈ ਆਓ ਕਾਜ਼ੀਆਂ ਮੁੱੱਲਿਆਂ ਨੂੰ ਕਹਿੰਦਾ ਨਹੀਂ ਤੇ ਕਹਿੰਦਾ ਇਹਨੂੰ ਕਤਲ ਕਰ ਦਿਓ ਮੈਂ ਨਹੀਂ ਚਾਹੁੰਦਾ ਮੇਰੇ ਰਾਜ ਭਾਗ ਦੇ ਦੌਰਾਨ ਕੋਈ ਇੱਕ ਗੈਰ ਮੁਸਲਮਾਨ ਐਨਾ ਪੜਿਆ ਲਿਖਿਆ ਤੇ ਸੂਝਵਾਨ ਹੋਵੇ ਜਿਹੜਾ ਕੁਰਾਨ ਤੱਕ ਦੀ ਆਇਤ ਦੇ ਅਰਥ ਕਾਜੀ ਤੇ ਮੁੱਲਾਂ ਤੋਂ ਵੀ ਵੱਧ ਸੋਹਣੇ ਕਰ ਲੈਂਦਾ ਹੋਵੇ ਸ਼ਹਿਜਾਦਾ ਮੌਜ਼ਨ ਨੂੰ ਵੀ ਇਹ ਖਬਰ ਪਹੁੰਚਦੀ ਹੈ ਤੇ ਉਹ ਆਪਣਾ ਫਰਜ਼ ਨਿਭਾਉਂਦਾ ਹੈ ਵੀ ਤੁਸੀਂ ਮੈਨੂੰ تعلیم ਦੇਣ ਵਾਲਿਓ ਮੇਰੇ ਸਿੱਖਿਆਕ ਗੁਰੂਓ ਤੁਸੀਂ ਮੈਨੂੰ ਪੜ੍ਹਾਈ ਕਰਾਉਣ ਵਾਲਿਓ ਕਹਿੰਦੇ ਵੀ ਦੇਖੋ ਮੇਰੇ ਬਾਪ ਨੇ ਆ ਜਿਹੜਾ ਹੁਕਮ ਹੈ ਉਹ ਲਾਗੂ ਕਰ ਦਿੱਤਾ ਵੀ ਜਾਂ ਤੈਨੂੰ ਇਸਲਾਮ ਵਿੱਚ ਲਿਆਓ ਇਹ ਮੈਨੂੰ ਪਤਾ ਕਹਿੰਦਾ ਵੀ ਇਹ ਤੁਸੀਂ ਕਦੇ ਨਹੀਂ ਕਰਨਾ ਤੁਸੀਂ ਦੀਨ ਨਹੀਂ ਕਬੂਲ ਕਰੋਗੇ ਮੈਨੂੰ ਇਹ ਪਤਾ ਹੈ ਕਹਿੰਦਾ ਕਿਉਂਕਿ ਰੂਹ ਤੋਂ ਵਾਕਫ ਹੈ ਨਾ ਨੇੜੇ ਬਹਿੰਦੇ ਨੇ ਗੱਲਾਂ ਬਾਤਾਂ ਕਰਦੇ ਇੱਕ ਦੂਜੇ ਨਾਲ ਇਹ ਤੇ ਹੈ ਨਹੀਂ ਸੀ ਵੀ ਮਨ ਹੋਰ ਹੈ ਤੇ মুখ ਹੋਰ ਹੈ ਬਾਕੀ ਦੁਨੀਆ ਤੇ ਅੱਜ ਦੀ ਤਾਂ ਹਈ ਇਦਾਂ ਦੀ ਹੈ ਨਾ ਮਨ ਹੋਰ ਹੈ মুখ ਹੋਰ ਨਹੀਂ ਦਿਲ ਕਾਤੀ ਗੁੜ ਬਾਤ ਮੂੰਹ ਦੇ ਵਿੱਚੋਂ ਗੁੜ ਵਰਗੀਆਂ ਮਿੱਠੀਆਂ ਗੱਲਾਂ ਅੰਦਰ ਤੇ ਕੈਂਚੀਆਂ ਚੱਲਦੀਆਂ ਪਈਆਂ ਨਾ ਉਥੇ ਤੇ ਉਹ ਸਾਦਗੀ ਭਰੇ ਦਿਨ ਨੇ ਸਾਦਗੀ ਭਰੇ ਸੋਹਣੇ ਉਹ ਸਾਰੇ ਲੋਕ ਨੇ ਤੇ ਉਹਨੇ ਸਾਫ਼ ਜੀ ਗੱਲ ਕਹਿ ਦਿੱਤੀ ਸ਼ਹਿਜ਼ਾਦੇ ਨੇ ਉਹ ਕਹਿੰਦਾ ਜੀ ਵੀ ਮੈਨੂੰ ਇਹ ਗੱਲ ਪਤਾ ਆ ilm ਮੈਂ ਤੁਹਾਡੀ ਵਾਰਤਾ ਲਾਪ ਤੋਂ ਤੁਹਾਡੇ ਗੱਲਬਾਤ ਤੋਂ ਉੱਠਣ ਬੈਠਣ ਚ ਮੈਨੂੰ ਪਤਾ ਆ ਵੀ ਜੇਕਰ ਤੁਸੀਂ ਬਚ ਸਕਦੇ ਹੋ ਤੇ ਇੱਕੋ ਦਰ ਹੈ ਉਹ ਦਰ ਹੈ ਆਨੰਦਪੁਰ ਦਾ ਉੱਥੇ ਚਲੇ ਜਾਓ ਤੇ ਉੱਥੇ ਹੀ ਜਿਹੜਾ ਤੁਹਾਡਾ ਬਚਾਅ ਹੋ ਸਕਦਾ ਹੁਣ ਆਨੰਦ ਲਾਲ ਜੀ ਉਥੋਂ ਚੱਲਦੇ ਨੇ ਸ਼ਹਿਜਾਦਾ ਮਉਜ਼ਮ ਦੇ ਕਹਿਣ ਦੇ ਉੱਤੇ ਉਥੋਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਪਾਸੇ ਕੱਢ ਦਿੱਤਾ ਜਾਂਦਾ ਦਿੱਲੀ ਤੋਂ ਤੇ ਸਿੱਧਾ ਆਣ ਆਨੰਦਪੁਰ ਡੇਰਾ ਲਾਉਂਦੇ ਨੇ ਹੁਣ ਆਨੰਦਪੁਰ ਜਦੋਂ ਡੇਰਾ ਲਾਉਂਦੇ ਆ ਸੰਗਤਾਂ ਦੇ ਵਿੱਚ ਰਹਿੰਦੇ ਆ ਸੇਵਾਵਾਂ ਕਰਦੇ ਆ ਲੰਗਰਾਂ ਦੇ ਵਿੱਚ ਕਦੇ ਪ੍ਰਸ਼ਾਦੇ ਬਣਾਉਣੇ ਦਾਲੇ ਬਣਾਉਣੇ ਬਰਤਨ ਸਾਫ਼ ਕਰਨੇ ਜੋੜਿਆਂ ਦੀ ਸੇਵਾ ਝਾੜੂ ਦੀ ਸੇਵਾ ਸਾਰੀ ਉਸੇਵਾ ਘੋੜਿਆਂ ਦੀ ਸਫਾਈ ਦੀ ਘੋੜਿਆਂ ਨੂੰ ਨਵਾਉਣਾ ਧਵਾਉਣਾ ਉਹ ਲਿੱਦ ਚੁਕਣੀ ਸਾਰੀਆਂ ਸੇਵਾਵਾਂ ਦੇ ਵਿੱਚ ਬਾ ਖੂਬੀ ਉਹ ਨਿਵਦੇ ਨੇ ਹੁਣ ਇੱਕ ਚੰਗੇ ਲਖਾਰੀ ਵੀ ਨੇ ਕਵੀ ਵੀ ਨੇ ਪੜ੍ਹੇ ਲਿਖੇ ਨੇ ਹਰੇਕ ਭਾਸ਼ਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਹੁਣ ਉਹਨਾਂ ਨੇ ਉਥੇ ਰਹਿ ਕੇ ਰਚਨਾਵਾਂ ਲਿਖੀਆਂ ਨੇ ਤੇ ਰਚਨਾਵਾਂ ਲਿਖ ਕੇ ਕਲੰਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜਿਹੜੀ ਆ ਉਹ ਪੇਸ਼ ਗਈ ਕੀਤੀ ਹੈ ਬਾਦਸ਼ਾਹ ਜੀ ਦੇ ਹੱਥਾਂ ਦੇ ਵਿੱਚੋਂ ਲਿਖਤ ਜਾਂਦੀ ਹੈ ਤੇ ਜਿਸ ਨੂੰ ਉਹ ਪੜ੍ਹਦੇ ਨੇ ਸਤਿਗੁਰੂ ਉਸ ਲਿਖਤ ਨੂੰ ਪੜ੍ਹ ਕੇ ਤੇ ਉਸ ਦੇ ਉੱਤੇ ਜਿਹੜਾ ਫਿਰ ਫੈਸਲਾ ਦਿੰਦੇ ਨੇ ਸਤਿਗੁਰੂ ਬੜਾ ਹੀ ਉਹਨੂੰ ਪਿਆਰ ਕਰਦੇ ਨੇ ਤੇ ਪੁੱਛਦੇ ਨੇ ਵੀ ਨੰਦ ਲਾਲ ਜੀ ਬੜੇ ਤੁਸੀਂ ਪਿਆਰੇ ਬੋਲ ਜਿਹੜੇ ਲਿਖੇ ਨੇ ਆਣ ਖੁਦਾਬੰਦ ਜ਼ਮੀਨੋ ਆਸਮਾਨ ਜ਼ਿੰਦਗੀ ਬਖਸ਼ ਬजूद 인ਸੋ ਜਾਣ ਖਾਕ ਰਾਸ ਤੂਤਾਏ ਚਸਮੇ 마स्त ਆਬਰੂ افਜਾਏ ਹਰ ਸ਼ਾਹੋ ਗਦਾ ਸਤ ਇਹਦਾ ਨਾਮ ਕੀ ਹੈ ਕਹਿੰਦੇ ਕਹਿੰਦੇ ਜੀ ਇਹਦਾ ਨਾਮ ਰੱਖਣਾ ਹੈ ਬੰਦਗੀ ਨਾਮਾ ਤੇ ਸਤਿਗੁਰੂ ਕਹਿੰਦੇ ਨਾ ਭਾਈ ਇਹਦਾ ਨਾਮ ਕਹਿੰਦੇ ਬੰਦਗੀ ਨਾ ਮਾਣੀ ਇਹਦਾ ਨਾਮ ਜ਼ਿੰਦਗੀ ਨਾ ਮਾ ਰੱਖੋ ਕਿਉਂਕਿ ਜ਼ਿੰਦਗੀ ਦਾ ਨਾਮ ਆਇ ਇਹਦੇ ਤੋਂ ਪਹਿਚਾਨ ਹੋਣੀ ਏ ਵੀ ਜ਼ਿੰਦਗੀ ਕੀ ਹੈ ਕਿਵੇਂ ਜਿਉਣੀ ਹੈ ਤੇ ਕਿਵੇਂ ਜਿਉਣੀ ਚਾਹੀਦੀ ਹੈ ਕਹਿੰਦੇ ਨਹੀਂ ਉਨੇ ਬਿਨਾ ਪਤਾ ਨਹੀਂ ਲੱਗਣਾ ਤੇ ਉਹ ਗੋਡੇ ਟੇਕ ਕੇ ਨਾ ਅੱਖਾਂ ਦੇ ਵਿੱਚੋਂ ਹੰਝੂ ਬਹਾ ਲੈਂਦਾ ਆ ਪਾਤਸ਼ਾ ਸ਼ਹਿਨशाह ਧਾਨੈ ਤੂੰ ਧਾਨਿਆ ਤੇਰਾ ਦਰਬਾਰ ਕਮਾਲ ਦੀ ਗੱਲ ਐ ਕਹਿੰਦੇ ਇੱਕ ਉਹ ਦਰਬਾਰ ਸੀ ਇੱਕ ਉਥੇ ਵੀ ਬਾਦਸ਼ਾ ਬਹਿੰਦਾ ਸੀ ਤੇ ਉਸ ਬਾਦਸ਼ਾਹ ਦੇ ਸਾਹਮਣੇ ਉਹਦੇ ਦਰਬਾਰ ਦੇ ਅੰਦਰ ਉਹਦੇ ਹੀ ਧਾਰਮਿਕ ਗ੍ਰੰਥ ਪਾ ਕੇ ਕੁਰਾਨ ਦੀ ਆਇਤ ਦੇ ਅਰਥ ਕੀਤੇ ਉਹਨੇ ਸ਼ਾਬਾਸ਼ ਤੇ ਕੀ ਦੇਣੀ ਸੀ ਉਹਨੇ ਗਲ ਨਾਲ ਤੇ ਕੀ ਲਾਉਣਾ ਸੀ ਉਹਨੇ ਇਨਾਮ ਤੇ ਕੀ ਦੇਣਾ ਸੀ ਇਨਾਮ ਉਹਨੇ ਦਿੱਤਾ ਉਹਨੇ ਮੌਤ ਦੇ ਦਿੱਤੀ ਉਥੇ ਉਹ ਕਹਿੰਦਾ ਮੌਤ ਦੀ ਸਜ਼ਾ ਇਹਨੂੰ ਜਾਂ ਦੀਨ ਛੱਡੇ ਜਾਂ ਮੌਤ ਕਬੂਲ ਕਰੇ ਪਰ ਧੰਨੇ ਪਾਤਸ਼ਾਹ ਏ ਸਾਹਿਬ ਇੱਥੇ ਅੱਜ ਰੁੱਲਦੇ ਖੁੱਲਦੇ ਪੜਦੇ ਨੂੰ ਮੈਨੂੰ ਪਤਾ ਹੀ ਨਹੀਂ ਕਿੰਨਾ ਸਮਾਂ ਹੋ ਗਿਆ ਇੱਕ ਵਾਰੀ ਵੀ ਕਿਸੇ ਸਿੱਖ ਨੇ ਇਹ ਨਹੀਂ ਪੁੱਛਿਆ ਤੂੰ ਕੌਣ ਐ ਕਿੱਥੋਂ ਐ ਕੀ ਐ ਤੇ ਸਤਿਗੁਰੂ ਅੱਜ ਤੁਸੀਂ ਵੀ ਆ ਮੇਰੀ ਲਿਖਤ ਨੂੰ ਪੜ ਕੇ ਜਿਹੜੀ ਲਿਖਤ ਵੀ ਮੇਰੀ ਐ ਕਲਮ ਵੀ ਮੇਰੀ ਐ ਕਿਤਾਬ ਵੀ ਮੇਰੀ ਐ ਅੱਖਰ ਵੀ ਮੇਰੇ ਨੇ ਤੇ ਇਹਨੂੰ ਪੜ ਕੇ ਤੁਸੀਂ ਜ਼ਿੰਦਗੀ ਬਖਸ਼ਦੇ ਹੋ ਕਹਿੰਦੇ ਸੱਚੀ ਇਹ ਸੱਚਾ ਤਖਤ ਹੈ ਤੇ ਆ ਸੱਚੀ ਪਾਤਸ਼ਾਹੀ ਹੈ ਜਿੱਥੋਂ ਜ਼ਿੰਦਗੀ ਮਿਲਦੀ ਹੈ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਭਲਿਓ ਆਨੰਦਪੁਰ ਦੇ ਵਿੱਚੋਂ ਵੱਕਈ ਜ਼ਿੰਦਗੀ ਮਿਲਦੀ ਹੈ ਬਖਸ਼ਿਸ਼ਾਂ ਮਿਲਦੀਆਂ ਨੇ ਸਤਿਗੁਰੂ ਜੀ ਤਖਤ ਤੋਂ ਉੱਠੇ ਨੇ ਨੰਦ ਲਾਲ ਜੀ ਨੂੰ ਆਪਣੇ ਗਲ ਦੇ ਨਾਲ ਲਾਇਆ ਏ ਤੇ ਗਲ ਦੇ ਨਾਲ ਲਾ ਕੇ ਬੜਾ ਪਿਆਰ ਦਿੱਤਾ ਏ ਥਾਪੜਾ ਦਿੱਤਾ ਏ ਤੇ ਕਿਹਾ ਵੀ ਇਹਦਾ ਨਾਮ ਜਿਹੜਾ ਹੈ ਨਾ ਵੀ ਭਾਈ ਉਹ ਜ਼ਿੰਦਗੀ ਨਾ ਮਾਰਖੋ ਤੇ ਫੇਰ ਹੀ ਜਿਹੜੀਆਂ ਉਥੋਂ ਵਰਕਤਾਂ ਨੇ ਉਹ ਮਿਲਦੀਆਂ ਨੇ ਫਿਰ ਹੋਰ ਵੀ ਬਿਆੰਤ ਸੇਵਾਵਾਂ ਜਿਹੜੀਆਂ ਨਿਭਾਉਂਦੇ ਨੇ ਤੇ ਉਹ ਸੇਵਾਵਾਂ ਨਿਭਾ ਕੇ ਸਤਿਗੁਰੂ ਦੇ ਦਰ ਤੋਂ ਬਹੁਤ ਖੁਸ਼ੀਆਂ ਪਾਉਂਦੇ ਨੇ ਗੰਝ ਨਾਮੇ ਦੇ ਤਾਂ ਇਥੋਂ ਤੱਕ ਵੀ ਬੋਲ ਨੇ ਜਿਦੇ ਵਿੱਚ ਬਖਸ਼ਿਸ਼ ਕਰਦੇ ਨੇ ਕਹਿੰਦੇ ਪਹਿਲੀ ਪਾਤਸ਼ਾਹੀ ਉਸ ਸੱਚੇ ਅਤੇ ਸਮਰੱਥ ਦੇ ਨੂਰ ਨੂੰ ਚਮਕਾਉਣ ਵਾਲੀ ਅਤੇ ਰੱਬ ਦੇ ਭਰੋਸੇ ਦੇ ਗਿਆਨ ਨੂੰ ਰੌਸ਼ਨ ਕਰਨ ਵਾਲੀ ਹੈ ਪਹਿਲੀ ਪਾਤਸ਼ਾਹੀ ਨੇ ਹੀ ਇਹ ਸੱਚਾ ਇਲਾਹੀ ਨੂਰ ਜਗ ਦੇ ਵਿੱਚ ਕਹਿੰਦੇ ਰੋਸ਼ਨ ਕਰ ਦਿੱਤਾ ਜਗਤ ਦੇ ਵਿੱਚ ਸੰਸਾਰ ਦੇ ਅੰਦਰ ਦਿਲੋਂ ਜਾਨਮ ਬਾਹਰ ਸੁਬਾਹੋ ਮਸਾ ਸਰੋ ਫਰਕਮ ਜੇ ਰੁਈ ਸਦਕੋ ਸਫਾ ਬਾਦ ਬਰ ਮੁਰਸ਼ਦ ਤਰੀਕ ਨਿਸ਼ਾਰ ਅਜ ਸਰ ਇਮਜ਼ ਸਦ ਹਜ਼ਾਰਾਂ ਵਾਰ ਇਹ ਸਿਫਤਾਂ ਨੇ ਜਿਹੜੀਆਂ ਨੰਦ ਲਾਲ ਜੀ ਨੇ ਗਾਈਆਂ ਨੇ ਇੱਕ ਇੱਥੇ ਹੋਰ ਮੈਂ ਛੋਟੀ ਜੀ ਗਾਥਾ ਭਾਈ ਨੰਦ ਲਾਲ ਜੀ ਦੀ ਹੀ ਕਹਿ ਦੇਵਾਂ ਸਤਗੁਰੂ ਜੀ ਦੇ ਨਾਲ ਤੁਰੇ ਜਾ ਰਹੇ ਨੇ ਸਤਲੋਜ ਦਾ ਕਿਨਾਰਾ ਹੈ ਨਾਲ ਸਿੰਘ ਹੋਰ ਵੀ ਨਹੀਂ ਕਿਉਂਕਿ ਜਿਨੇ ਗੁਰੂ ਨੂੰ ਨੇੜੇ ਰਹਿ ਕੇ ਨੇੜਿਓਂ ਵੇਖ ਲਿਆ ਨਾ ਸੁਣ ਲਿਆ ਸੁਣ ਕੇ ਵੇਖਿਆ ਜਿਨੇ ਅਸਲ ਚ ਗੁਰੂ ਉਹਨੇ ਦਿਲ ਵਿੱਚ ਪਾਇਆ ਆ ਬਾਰੀ ਤੌਰ ਤੇ ਸਕਲ ਸੂਰਤ ਅੱਖਾਂ ਨਾਲ ਵੇਖਣ ਵਾਲੇ ਕੋਈ ਜ਼ਰੂਰੀ ਨਹੀਂ ਹੈ ਵੀ ਉਹ ਗੁਰੂ ਨੂੰ ਪਾ ਪਾ ਲਿਆ ਉਹਨਾਂ ਨੇ ਉਹਨਾਂ ਨੇ ਗੁਰੂ ਨੂੰ ਜਾਣ ਲਿਆ ਆ ਕਿਉਂਕਿ ਦੇਖੋ ਇਹ ਤਾਂ ਸਾਡੇ ਸਾਹਮਣੇ ਹੀ ਹੈ ਨਾ ਵੀ ਜਦੋਂ ਸ਼ਮਸ਼ੀਰ ਮਿਆਣ ਦੇ ਵਿੱਚੋਂ ਧੂਕੇ ਬਾਹਰ ਕੱਢ ਕੇ ਕਿਹਾ ਸੀ ਵੀ ਇੱਕ ਸਿਰ ਚਾਹੀਦਾ ਤੇ ਸੁਨਾਟਾ ਪਸਰ ਗਿਆ ਸੀ ਹਾਇ ਤਾਂ ਬਹੁਤ ਸੀ ਦੇਖਣ ਵਾਲੇ ਉਦੋਂ ਵੀ ਸਾਹਮਣੇ ਪ੍ਰਤਾਖੀ ਵੇਖ ਰਹੇ ਸੀ ਗੁਰੂ ਨੂੰ ਵੱਡਾ ਇਕੱਠ ਕਿਹਾ ਜਾਂਦਾ ਨਾ ਜਿਹਦੇ ਵਿੱਚ 80000 ਤੋਂ ਵੀ ਗਿਣਤੀ ਵੱਧ ਹੀ ਦੱਸੀ ਜਾਂਦੀ ਹੈ ਪਰ ਸਿਸ ਦੇਣ ਵਾਲੇ ਪੰਜ ਹੀ ਨਿਤਰੇ ਆ ਤੇ ਦੇਖੋ ਹੁਣ ਕਿਤੇ ਸਿੱਖਾਂ ਦੀ ਗਿਣਤੀ ਥੋੜੀ ਐ ਬਹੁਤ ਵੱਡੀ ਗਿਣਤੀ ਐ ਸਾਰੇ ਪਾਸੇ ਕਿੱਥੇ ਤੱਕ ਗੁਰੂ ਸਾਹਿਬ ਜੀ ਨੇ ਪ੍ਰਚਾਰ ਫੇਰੀਆਂ ਕਰ ਕਰਕੇ ਸਿੱਖ ਹੋ ਕੀਤੇ ਨੇ ਤੇ ਜਦੋਂ ਅਨੰਦਪੁਰ ਨੂੰ ਘੇਰਾ ਪੈਂਦਾ ਆ ਤੇ ਉਦੋਂ ਉਸ ਘੇਰੇ ਦੇ ਵਿੱਚ ਜਿਹੜੇ ਸਿੱਖ ਨੇ ਉਹੀ ਗੁਰੂ ਦੇ ਨਾਲ ਨੇ ਬਾਕੀ ਆਸੇ-ਪਾਸੇ ਕਿਤੇ 7 ਮਹੀਨਿਆਂ ਚ ਪਤਾ ਹੀ ਨਹੀਂ ਲੱਗਿਆ ਵੀ ਆਨੰਦਪੁਰ ਨੂੰ ਘੇਰਾ ਪੈ ਗਿਆ ਖਬਰ ਤੇ ਅੱਗ ਬਾਗ ਫੈਲੀ ਹੈ ਨਾ ਜੰਗਲ ਦੀ ਅੱਗ ਬਾਗ ਫੈਲੀ ਹੈ ਸਾਰੇ ਸੰਸਾਰ ਦੇ ਅੰਦਰ ਤੇ ਉਸ ਘੇਰੇ ਨੂੰ ਤੇ ਪਤਾ ਲੱਗਿਆ ਨਾ ਹਰੇਕ ਕੰਨ ਤੱਕ ਆਵਾਜ਼ ਪਹੁੰਚੀ ਏ ਵੀ ਘੇਰਾ ਪਿਆ ਹੋਇਆ 12 ਤੱਕ ਪਹੁੰਚਿਆ ਕੌਣ ਹੈ ਤੇ ਬਾਹਰੋਂ ਵੀ ਤਾਂ ਹਮਲੇ ਹੋ ਸਕਦੇ ਸੀ ਨਾ ਘੇਰੇ ਪਏ ਦੇ ਉੱਤੇ ਕੋਈ ਅੰਦਰੋਂ ਹੀ ਥੋੜੀ ਵੀ ਉੱਥੇ ਹੀ ਹਮਲਾ ਹੋਣਾ ਬਾਹਰੋਂ ਵੀ ਤਾਂ ਹੋ ਸਕਦਾ ਸੀ ਨਾ ਹਮਲਾ ਪਰ ਨਹੀਂ ਪਹੁੰਚਿਆ ਨਹੀਂ ਕੋਈ ਤੇ ਅੱਜ ਜੇ ਕਹਾਂਗੇ ਵੀ ਅੱਜ ਸਾਨੂੰ ਸਾਨੂੰ ਕਿਉਂ ਕਰ ਦੂ ਨਹੀਂ ਇਥੇ ਆਪ ਦੇ ਕਹਿਣ ਵਾਲੇ ਵੀ ਤੇ ਭੱਜ ਨਿਕਲਦੇ ਨੇ ਬਹਿ ਬਹਿ ਕੇ ਕੋਈ ਨਹੀਂ ਖੜਦਾ ਸੁਖਾਇਰ ਹੁਣ ਨਾਲ ਹਜੂਰੀ ਸਿੱਖ ਨੇ ਤੇ ਨਾਲ ਨੰਦ ਲਾਲ ਸਿੰਘ ਵੀ ਐ 1699 ਦੇ ਵਿੱਚ ਵਿਸਾਖੀ ਤੇ ਅਮਰਤ ਸੰਚਾਰ ਕਰਕੇ ਨੰਦ ਲਾਲ ਭਾਈ ਨੰਦ ਲਾਲ ਸਿੰਘ ਬਣਿਆ ਹੁਣ ਨਾਲ ਨੇ ਸਤਿਗੁਰੂ ਜੀ ਨੇ ਪ੍ਰੇਮ ਦੀ ਖੇਡ ਖੇਡੀ ਐ ਆਪਣੇ ਹੱਥ ਦੇ ਵਿੱਚ ਕੁਝ ਪੱਥਰ ਚੁੱਕੇ ਨੇ ਤੁਰੇ ਜਾਂਦਿਆਂ ਨੇ ਕੰਕਰ ਚੁੱਕੇ ਨੇ ਤੇ ਹੁਣ ਇੱਕ ਕੰਕਰ ਪਾਣੀ ਵਿੱਚ ਸੁੱਟ ਦਿੱਤਾ ਦੋ ਕਦਮ ਅੱਗੇ ਗਏ ਨੇ ਨਾਲ ਦੇ ਸਿੰਘ ਨੂੰ ਪੁੱਛਦਿਆ ਵੀ ਹਾਂ ਭਾਈ ਪੱਥਰ ਪਾਣੀ ਵਿੱਚ ਡੁੱਬਿਆ ਕਿਉਂ ਉਹਨੇ ਜਵਾਬ ਦਿੱਤਾ ਪਾਦਸ਼ਾਹ ਪੱਥਰ ਭਾਰਾ ਏ ਤੇ ਭਾਰੀ ਚੀਜ਼ ਪਾਣੀ ਵਿੱਚ ਡੁੱਬ ਜਾਂਦੀ ਏ। ਥੋੜੇ ਹੋਰ ਕਦਮ ਅੱਗੇ ਗਏ ਨੇ ਦੂਜਾ ਪੱਥਰ ਛੁੱਟ ਦਿੱਤਾ। ਖੱਬੇ ਪਾਸੇ ਜਾਂਦੇ ਸਿੰਘ ਨੂੰ ਕਿਹਾ ਵੀ ਹਾਂ ਸਿੰਘਾ ਦੱਸ ਪੱਥਰ ਡੁੱਬਿਆ ਕਿਉਂ? ਉਹ ਕਹਿੰਦਾ ਪਾਤਸ਼ਾਹ ਸਿੰਘ ਨੇ ਦੱਸਿਆ ਤੇ ਉਹੀ ਮੇਰਾ ਖਿਆਲ ਏ ਵੀ ਪੱਥਰ ਅਕਸਰ ਪਾਣੀ ਵਿੱਚ ਡੁੱਬਦਾ ਹੀ ਏ। ਥੋੜੇ ਹੋਰ ਕਦਮ ਗਏ ਨੇ ਤੇ ਨੰਦ ਲਾਲ ਜੀ ਨੂੰ ਪੁੱਛਿਆ ਪੱਥਰ ਛੁੱਟਿਆ ਤੇ ਪੁੱਛਿਆ ਕਹਿੰਦੇ ਡੁੱਬਿਆ ਕਿਉਂ ਹੈ ਤੀਜਾ ਪੱਥਰ ਛੁੱਟਿਆ ਜਦੋਂ ਤੇ ਉਹਨੇ ਬੜੇ ਪਿਆਰੇ ਲਫ਼ਜ਼ਾਂ ਦੇ ਵਿੱਚ ਹੱਥ ਜੋੜ ਸਤਿਗੁਰੂ ਜੀ ਦੇ ਸਾਹਮਣੇ ਇੱਕ ਬੇਨਤੀ ਕੀਤੀ ਪਾਤਸ਼ਾਹ ਮੈਨੂੰ ਨਹੀਂ ਪਤਾ ਇਹ ਪੱਥਰ ਡੁੱਬਿਆ ਕਿਉਂ ਹੈ ਪੱਥਰ ਡੁੱਬਦਾ ਏ ਪਾਣੀ ਵਿੱਚ ਡੁੱਬ ਜਾਵੇ ਪਰ ਸੱਚਿਆ ਮੈਨੂੰ ਇੰਨਾ ਪਤਾ ਏ ਕਿ ਜਿੰਨਾ ਚਿਰ ਤੇਰੇ ਹੱਥ ਵਿੱਚ ਸੀ ਉੰਨਾ ਚਿਰ ਡੁੱਬਿਆ ਨਹੀਂ ਤੇਰੇ ਹੱਥੋਂ ਛੁੱਟ ਗਿਆ ਤੇ ਇਹ ਡੁੱਬ ਗਿਆ ਪਾਦਸ਼ਾਹ ਜਿਹੜਾ ਤੇਰੇ ਹੱਥੋਂ ਗਿਆ ਉਹ ਡੁੱਬੇਗਾ ਹੀ ਡੁੱਬੇਗਾ ਸੰਸਾਰ ਸਮੁੰਦਰ ਦੇ ਵਿੱਚੋਂ ਕਦੇ ਪਾਰ ਨਹੀਂ ਲੱਗੇਗਾ ਕਿਉਂਕਿ ਪਰਖ ਹੈ ਨਾ ਸਤਿਗੁਰੂ ਦੀ ਤਾਂ ਸਤਿਗੁਰ ਨੇ ਤਾਂ ਪਰਖਣਾ ਘੜੀ-ਘੜੀ ਪਰਖਣਾ ਪਲ-ਪਲ ਦੇ ਵਿੱਚ ਪਰਖਣਾ ਹੈ ਹਰੇਕ ਚਸੇ ਹਰੇਕ ਸਵਾਸ ਆਉਣ ਜਾਣ ਦੇ ਨਾਲ ਪਰਖ ਹੈ ਗੁਰੂ ਦੀ ਤੇ ਹੁਣ ਡੁੱਬਦਾ ਕਿਹੜਾ ਆ ਜਿਹੜਾ ਗੁਰੂ ਤੋਂ ਪਾਸੇ ਭੱਜ ਲੈਂਦਾ ਜਿਹੜਾ ਗੁਰੂ ਤੋਂ ਹੋਰਾਂ ਪਾਸੇ ਸਲਾਂਗਾ ਮਾਨ ਲੱਗ ਪੈਂਦਾ ਉਹ ਡੁੱਬ ਜਾਂਦਾ ਆ ਤੇ ਇੱਥੇ ਡੁੱਬਦੇ ਇੱਕ ਹੀ ਨਹੀਂ ਹਜ਼ਾਰਾਂ ਲੱਖਾਂ ਵੇਖੇ ਜਾਂਦੇ ਨੇ ਕੋਈ ਇੱਕ ਹੀ ਨਹੀਂ ਇੱਕ ਅੱਧਾ ਹੀ ਨਹੀਂ ਹਜ਼ਾਰਾਂ ਲੱਖਾਂ ਡੁੱਬਦੇ ਦੇਖੇ ਜਾਂਦੇ ਨੇ ਤੇ ਸਤਗੁਰੂ ਜਿਸ ਉਤੇ ਕਿਰਪਾ ਕਰ ਦਿੰਦਾ ਹੈ ਉਸ ਨੂੰ ਬਚਾ ਲੈਂਦਾ ਹੈ ਜਿਹੜਾ ਸਤਗੁਰੂ ਦਾ ਹੋ ਜਾਂਦਾ ਸਤਗੁਰੂ ਫਿਰ ਆਪਣਾ ਆਪ ਵਾਰ ਕੇ ਵੀ ਉਹਨਾਂ ਨੂੰ ਪਿਆਰ ਦਿੰਦਾ ਏ ਆਪਣੇ ਆਪ ਕੁਰਬਾਨ ਕਰਕੇ ਵੀ ਉਹਨਾਂ ਨੂੰ ਸੰਭਾਲ ਲੈਂਦਾ ਏ ਤੇ ਉਤੇ ਇਹ ਕਹਿ ਦਿੰਦਾ ਨਾ ਜਿਹੜਾ ਸਤਗੁਰੂ ਦਾ ਹੋ ਗਿਆ ਇਨ ਪੁੱਤਰਨ ਕੇ ਅਸੀਸ ਪਰਵਾਰ ਦੀਏ ਸੁੱਤ ਚਾਰ ਉਤੇ ਕਹਿ ਦਿੰਦਾ ਆ ਉਤੇ ਮਾਤਾ ਸਾਹਿਬ ਕੌਰ ਨੂੰ ਇਹ ਗੱਲ ਕਹਿ ਦਿੰਦਾ ਕਹਿੰਦੇ ਸਹਿਬ ਕੌਰ ਕਹਿੰਦੇ ਚਾਰਾਂ ਦੀ ਫਿਕਰ ਨਾ ਕਰ ਆਹ ਹਜ਼ਾਰਾਂ ਤੇਰੀ ਗੋਦ ਪਾਏ ਨੇ ਜੇ ਚਾਰ ਗੋਦ ਵਿੱਚੋਂ ਗਏ ਨੇ ਨਾ ਉਹਨਾਂ ਚਾਰਾਂ ਦੇ ਬਦਲੇ ਆ ਹਜ਼ਾਰਾਂ ਤੇਰੀ ਗੋਦ ਪਾਏ ਨੇ ਤੇਰੇ ਪੁੱਤ ਨੇ ਹੁਣ ਪੁੱਤ ਬਣਾਗੇ ਤੇ ਤਾਂ ਹੀ ਪਿਆਰ ਮਿਲੇਗਾ ਨਾ ਹੁਣ ਕੋ ਪੁੱਤ ਬਣੇ ਪਏ ਆ ਫਿਰ ਪਿਆਰ ਕਿਵੇਂ ਮਿਲੇਗਾ ਪੁੱਤ ਬਣ ਕੇ ਪਿਆਰ ਮਿਲੇਗਾ ਨਾ ਤੇ ਹੁਣ ਪੁੱਤ ਬਣਨ ਦੇ ਲਈ ਆਨੰਦਪੁਰ ਦੇ ਵਾਸੀ ਬਣਨਾ ਪੈਣਾ ਗੋਦ ਪਹਿਣਾ ਪਹਿਣਾ ਗੁਰੂ ਦੀ ਮਾਤਾ ਸਾਹਿਬਕੌਰ ਦੀ ਗੋਦ ਵਿੱਚ ਬੈਠਣਾ ਪੈਣਾ ਹੁਣ ਬੈਠਣ ਦੇ ਲਈ ਆਹ ਦੁਨਿਆਵੀ ਪਦਾਰਥਵਾਦ ਦੀ ਖਿੱਚ ਤਿਆਗਣੀ ਪੈਣੀ ਹੈ ਕਿਉਂਕਿ ਪਹਿਲਾ ਮਰਨ ਕਬੂਲ ਜੀਵਨ ਕੀ ਸੜ ਆਸ ਹੋ ਹੋ ਸਬਣਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਗੱਲ ਹੀ ਇਹ ਹੈ ਨਾ ਤੇ ਜੀਵਨ ਦੀ ਤੇ ਆਸ ਆ ਸ਼ਾਮਾ ਤ੍ਰਿਸ਼ਨਾ ਆਸਾਂ ਸਭੇ ਲਾ ਕੇ ਇੱਕ ਆਸ ਕਮਾਓ ਸੱਚੇ ਗੁਰੂ ਪਰਮੇਸ਼ਰ ਦੀ ਇੱਕੋ ਆਸ ਹੈ ਨਾਮ ਉਹਨੂੰ ਕਮਾ ਲੈ ਜ਼ਿੰਦਗੀ ਵਿੱਚ ਏਕ ਨਾਮ ਦਿਓ ਮਨ ਮੰਤਾ ਬਿਣਸ ਨਾ ਕਤਹੁ ਜਾਤ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ ਬਿਣਸਦਾ ਨਹੀਂ ਹੈ ਐਸਾ ਨਾਮ ਧਨ ਆਪਣੇ ਜੀਵਨ ਵਿੱਚ ਪਾ ਲੈ ਜਿਹੜਾ ਤੈਨੂੰ ਦੂਰ ਨਹੀਂ ਹੋਣ ਦੇਵੇਗਾ ਗੁਰੂ ਤੋਂ ਨੇੜੇ ਰੱਖੇਗਾ ਸਤ ਗੁਰ ਪੂਰਾ ਕੀਨੀ ਦਾਤ ਇਹ ਗੁਰੂ ਨੇ ਪੂਰੀ ਦਾਤ ਜਿਹੜੀ ਇਹ ਸਾਨੂੰ ਬਖਸ਼ ਦਿੱਤੀ ਹੈ ਹਰ ਹਰ ਨਾਮ ਦਿਓ ਕੀਰਤਨ ਹਰੀ ਪਰਮੇਸ਼ਰ ਦਾ ਨਾਮ ਦੇ ਦਿੱਤਾ ਉੱਚੀ ਆਤਮਿਕ ਅਵਸਥਾ ਪਾਉਣ ਦੇ ਲਈ ਭਈ ਹਮਾਰੀ ਗਾਥ ਅੰਗੀਕਾਰ ਕਿਉ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਇੱਜ਼ਤ ਰੱਖ ਲੈਂਦੇ ਆ ਭਗਤਾਂ ਦੀ ਅੰਗੀ ਕਰਕੇ ਆਪਣੇ ਪੱਖ ਦਾ ਕਰਕੇ ਆਪਣਾ ਬਣਾ ਕੇ ਗੁਰੂ ਫਿਰ ਆਪਣੇ ਪਿਆਰਿਆਂ ਨੂੰ ਆਪਣਾ ਬਣਾ ਕੇ ਉਹਨਾਂ ਦੀ ਇੱਜ਼ਤ ਰੱਖ ਲੈਂਦੇ ਆ ਨਾਨਕ ਚਰਨ ਗਹੇ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਕਹਿੰਦੇ ਹੈ ਨਾਨਕ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪਰਮੇਸ਼ਰ ਦੇ ਪ੍ਰਮਾਤਮਾ ਦੇ ਨਾਮ ਰੂਪੀ ਚਰਨਾਂ ਨੂੰ ਫੜ ਲਿਆ ਹੈ ਚਿੱਤ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਵਿੱਚ ਜੋੜ ਲਿਆ ਹੈ ਕਹਿੰਦੇ ਉਸ ਨੇ ਦਿਨ ਰਾਤ ਹਰ ਵੇਲੇ ਆਤਮਿਕ ਸੁਖ ਪਾ ਲਿਆ ਹੈ ਪ੍ਰਾਪਤ ਕਰ ਲਿਆ ਹੈ ਗੁਰੂ ਕਿਰਪਾ ਕਰੇ ਸਾਨੂੰ ਵੀ ਇਹ ਪਰਪੱਕਤਾ ਮਿਹਰ ਸਤਿਗੁਰੂ ਸਾਡੇ ਉੱਤੇ ਬਖਸ਼ਿਸ਼ਾ ਕਰ ਦੇਣ ਭਾਈ ਗੁਰੂ ਤੋਂ ਪਾਸੇ ਹੋ ਕੇ ਨਰਕ ਹੈ ਧੋਖੇ ਨੇ ਖੁਆਰੀ ਹੈ ਹਰ ਬਿਸਰਤ ਸਦਾ ਖੁਆਰੀ ਜੈ ਤਨ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਬਿਲਕਦਾ ਰਹਿੰਦਾ ਹੋ ਤਿਲ ਤਿਲ ਤੜਫਦਾ ਰਹਿੰਦਾ ਹੋ ਜਿਹਦੇ ਅੰਦਰੋਂ ਸੱਚੇ ਸਤਿਗੁਰੂ ਦੀ ਬਾਣੀ ਬਾਣੀ ਬਿਸਰ ਜਾਣਾ ਗੁਰੂ ਬਿਸਰ ਜਾਣਾ ਹੀ ਐ ਕਿਉਂਕਿ ਫਰਕ ਨਹੀਂ ਹੈ ਬਾਣੀ ਤੇ ਗੁਰੂ ਵਿੱਚ ਫਰਕ ਨਹੀਂ ਹੈ ਇੱਕੋ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਫਰਕ ਨਹੀਂ ਹੈ ਕੋਈ ਸਤਗੁਰ ਬਚਨ ਬਚਨ ਹੈ ਸਤਗੁਰ ਫਰਕ ਨਹੀਂ ਹੈ ਕੋਈ ਸਤਗੁਰ ਕੀ ਬਾਣੀ ਸਤ ਸਰੂਪ ਹੈ ਫਰਕ ਨਹੀਂ ਹੈ ਕੋਈ ਧੁਰ ਕੀ ਬਾਣੀ ਹੈ ਫਰਕ ਨਹੀਂ ਹੈ ਕੋਈ ਖਸਮ ਕੀ ਬਾਣੀ ਹੈ ਫਰਕ ਨਹੀਂ ਹੈ ਕੋਈ ਹਉ ਆਪੋਂ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀ ਉਹ ਹੁਕਮ ਹੈ ਪਰਮੇਸ਼ਰ ਦਾ ਹੀ ਤੇ ਪਰਮੇਸ਼ਰ ਦਾ ਹੁਕਮ ਪਰਮੇਸ਼ਰ ਆਪ ਹੈ ਹੁਕਮ ਨੂੰ ਕੋਈ ਟਾਲ ਨਹੀਂ ਸਕਦਾ ਹੁੰਦਾ ਕੋਈ ਅਫਸਰ ਹੋਵੇ ਨਾ ਆਪਣਾ ਹੁਕਮ ਭੇਜ ਕੇ ਆਪਣੀ ਮੋਹਰ ਲਾ ਕੇ ਜਦੋਂ ਅੱਗੇ ਪਾਸ ਕਰ ਦਿੰਦਾ ਨਾ ਤੇ ਉਹ ਸਾਰੇ ਸੰਸਾਰ ਦੇ ਵਿੱਚ ਪਾਸ ਹੋ ਜਾਂਦਾ ਸਾਰੇ ਪੂਰੇ ਸਮਾਜ ਦੇ ਵਿੱਚ ਜਿਹੜਾ ਉਸ ਤੋਂ ਮੁਨਕਰ ਹੁੰਦਾ ਫਿਰ ਉਸ ਨੂੰ ਸਜ਼ਾ ਵੀ ਮਿਲਦੀ ਹੈ ਉਹ ਦੁੱਖ ਵੀ ਪਾਉਂਦਾ ਤਕਲੀਫਾਂ ਵੀ ਮੰਨਦਾ ਹੈ ਤੇ ਹੁਕਮ ਨੂੰ ਜਿਹੜਾ ਛੱਡੇਗਾ ਹੁਕਮ ਤੋਂ ਜਿਹੜਾ ਪਾਸੇ ਹੋਵੇਗਾ ਹੁਕਮ ਤੋੜੇਗਾ ਉਹ ਤਾਂ ਭਾਈ ਫਿਰ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸੱਬੇ ਰੋਗ ਗੁਰੂ ਕਿਰਪਾ ਕਰੇ ਸਾਨੂੰ ਮਤ ਸਮਤ ਬਖਸ਼ੇ ਤਾਕੇ ਅਸੀਂ ਆਪਣੇ ਜੀਵਨ ਪੰਧ ਨੂੰ ਸੋਨਾ ਬਣਾ ਲਈਏ ਫੇਰ ਹੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਦੇਹੋ ਸਜਣ ਅਸੀਂ ਸੜੀਆਂ ਜਿਉ ਹੋਵੈ ਸਾਹਿਬ ਸਿਉ ਮਿਲੇ